नमस्कार, ਤੁਸੀਂ ਵੇਖ ਰਹੇ ਹੋ ਐਚਐਸਐਨ ਨਿਊਜ਼। ਇਸ ਖਾਸ ਰਿਪੋਰਟ ਦੇ ਨਾਲ ਮੈਂ ਹਾਂ ਹਰੀਸ਼। ਤੁਹਾਨੂੰ ਦੱਸ ਦਈਏ, ਯੂਕਰੇਨ ਰਸ਼ੀਆ ਦਾ ਯੁੱਧ ਅੱਜ ਲੱਗੇ ਹੋਏ 2 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ, ਪਰ ਇਹ ਯੁੱਧ ਹਾਲੇ ਤੀਕ ਖਤਮ ਨਹੀਂ ਹੋ ਰਿਹਾ। ਇਹ ਯੁੱਧ ਹਾਲੇ ਵੀ ਜਾਰੀ ਹੈ। ਤੁਹਾਨੂੰ ਦੱਸ ਦਈਏ, ਯੂਕਰੇਨ ਦੇ ਬਹੁਤ ਸਾਰੇ ਸ਼ਹਿਰ ਨੇ ਜਿਹਦੇ ਉੱਤੇ ਕਬਜ਼ਾ ਜਮਾਉਣਾ ਸ਼ੁਰੂ ਕਰ ਦਿੱਤਾ ਔਰ ਕਬਜ਼ਾ ਜਮਾ ਲਿਆ ਗਿਆ ਰਸ਼ੀਅਨ ਫੌਜਾਂ ਦੇ ਦੁਆਰਾ। ਔਰ ਉੱਥੇ ਹੀ ਮਾਰੀਓਪੋਲ ਦੀ ਬੰਦਰਗਾਹ ਦੀ ਗੱਲ ਕਰੀਏ, ਪੋਰਟ ਦੀ ਗੱਲ ਕਰੀਏ ਮਾਰੀਓਪੋਲ ਦੀ, ਤਾਂ ਉੱਥੇ ਬਹੁਤ ਸਾਰੇ ਇੱਦਾਂ ਦੇ ਸ਼ਿਪ ਨੇ ਜਿਨ੍ਹਾਂ ਦੇ ਉੱਤੇ ਹਮਲਾ ਹੋਇਆ ਔਰ ਉਸ ਪੋਰਟ ਦੇ ਉੱਤੇ ਤਾਬੜ ਤੋੜ ਫਾਇਰਿੰਗ ਹੋਈ ਹੈ ਰਸ਼ੀਅਨ ਫੌਜਾਂ ਦੁਆਰਾ। ਮਿਜ਼ਾਈਲਾਂ ਦਾਗੀਆਂ ਗਈਆਂ ਨੇ ਔਰ ਇਸ ਵਜ੍ਹਾ ਦੇ ਨਾਲ ਪੋਰਟ ਦੀ ਹਾਲਤ ਬਹੁਤ ਬਦਤਰ ਹੋ ਚੁੱਕੀ ਹੈ। ਉੱਥੇ ਬਹੁਤ ਸਾਰੀਆਂ ਇੱਦਾਂ ਦੀਆਂ ਯੂਕਰੇਨੀ ਸ਼ਿਪਸ ਖੜੀਆਂ ਨੇ ਜਿਨ੍ਹਾਂ ਦੇ ਉੱਤੇ ਹਮਲੇ ਦੇ ਨਿਸ਼ਾਨ ਵੇਖੇ ਜਾ ਸਕਦੇ ਨੇ। ਉਹ ਸ਼ਿਪ ਤਹਿਸ ਨਹਿਸ ਹੋ ਚੁੱਕੇ ਨੇ ਪਰ ਹਾਲੇ ਵੀ ਬੰਦਰਗਾਹ ਦੇ ਉੱਤੇ ਖੜ੍ਹੇ ਨੇ। ਪਰ ਤੁਹਾਨੂੰ ਦੱਸ ਦਈਏ, ਬਹੁਤ ਵੱਡੀ ਖਬਰ ਇਹ ਹੈ ਕਿ ਯੂਕਰੇਨ ਦੀ ਉਸ ਬੰਦਰਗਾਹ ਦੇ ਉੱਤੇ ਮਾਰੀਓਪੋਲ ਦੇ ਪੋਰਟ ਦੇ ਉੱਤੇ ਕਬਜ਼ਾ ਜਮਾਉਣ ਵਿੱਚ ਰੂਸ ਕਾਮਯਾਬ ਹੋ ਗਿਆ। इस वेले दी वड्डी अपडेट के यूक्रेन दे विच बहुत सारे शहर जिहड़े ने रूस ने अपने कब्जे विच लै ले ने, पर ए मारियोपोल दी बंदरगाह नू इस पोर्ट नू अपने कब्जे विच लेना रूस दे लई बहुत वड्डा एक कदम मन्निया जा रहा है, क्योंकि यूक्रेन दे लई ए मारियोपोल दी बंदरगाह ए पोर्ट बहुत वड्डा कमाई दा साधन सी। ए कमर्शियल पासे तो जेकर देखा जावे तां इत्थों बहुत सारा यूक्रेन दा व्यापार हुंदा सी, इत्थों ही चीज़ां इंपोर्ट एक्सपोर्ट हुंदियां सन, पर इस बंदरगाह नू अपने कब्जे विच लै लिया हुण रूस ने ते होर अगे वधना शुरू हो गया। मारियोपोल दी गल करिए तां मारियोपोल दे विच बहुत सारे इदां दे इलाके ने जिथे कब्जा जमाउण दे विच कामयाब हो गई है रूस की फौज और कई लोगों के मरण की खबर भी सामने आ रही है, पर फिलहाल इस युद्ध के रुकण के किधरे भी कोई आसार नजर नहीं आ रहे। तुसीं वेख रहे हो एचएसएन न्यूज़, मैं सी इस खास रिपोर्ट के नाल हरीश। नमस्कार।